ਉੜੀਸਾ ਵਿੱਚ ਮੰਗੂ ਮੱਠ ਦਾ ਇੱਕ ਵੱਡਾ ਹਿੱਸਾ ਢਾਏ ਜਾਣ ਤੋਂ ਬਾਅਦ ਬੇਸ਼ੱਕ ਐਸਜੀਪੀਸੀ ਦੇ ਹੁੰਗਾਰੇ ਦਾ ਇੰਤਜ਼ਾਰ ਸੀ, ਪਰ ਉੜੀਸਾ ਜਾ ਕੇ ਲੋਕ ਇਨਸਾਫ ਪਾਰਟੀ ਦੇ ਬੈਂਸ ਭਰਾਵਾਂ ਨੇ ਮੋਰਚਾ ਖੋਲਿਆ ਅਤੇ ਉੱਥੇ ਧਰਨੇ ਮੁਜ਼ਾਹਰੇ ਸਮੇਤ ਸੂਬਾ ਸਰਕਾਰ ਅਤੇ ਰਾਜਪਾਲ ਕੋਲ ਮੰਗ ਪੱਤਰ ਦੇ ਕੇ ਮੰਗੂ ਮੱਠ ਦੀ ਮੁੜ ਉਸਾਰੀ ਲਈ ਸਰਕਾਰ ਨੂੰ ਰਾਜੀ ਕਰਨ ਦਾ ਦਾਵਾ ਕੀਤਾ ਗਿਆ। ਪਰ ਐਸਜੀਪੀਸੀ ਹੁਣ ਇਸਦਾ ਸਿਹਰਾ ਲੋਕ ਇਨਸਾਫ ਪਾਰਟੀ ਵੱਲ ਜਾਂਦਾ ਵੇਖ ਹਰਕਤ ਵਿੱਚ ਆਈ ਹੈ ਅਤੇ ਲੋਕ ਇਨਸਾਫ ਪਾਰਟੀ ਮੁਖੀ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਦਾ ਇਹ ਦਾਵਾ ਬੇਬੁਨਿਆਦ ਕਰਾਰ ਦਿੱਤਾ ਹੈ। ਐਸਜੀਪੀਸੀ ਇਹ ਮੰਨਣ ਨੂੰ ਹੀ ਤਿਆਰ ਨਹੀਂ ਕਿ ਮੰਗੂ ਮੱਠ ਸਮੇਤ ਉੱਥੇ ਸਿੱਖ ਧਰਮ ਨਾਲ ਸੰਬੰਧਿਤ ਕਿਸੇ ਵੀ ਯਾਦਗਾਰ ਨੂੰ ਪੂਰੀ ਪ੍ਰਸ਼ਾਸਨ ਵੱਲੋਂ ਟਾਇਆ ਗਿਆ ਹੈ। ਐਸਜੀਪੀਸੀ ਮੁਤਾਬਕ ਬੈਂਸ ਭਰਾ ਸਿੱਖ ਕੌਮ ਨੂੰ ਗੁੰਮਰਾਹ ਕਰ ਰਹੇ ਨੇ ਅਤੇ ਆਪਣੀ ਸਿਆਸੀ ਸੇਰਾਬੰਦੀ ਲਈ ਇਹ ਸਭ ਕਰ ਰਹੇ ਨੇ। ਬੈਂਸ ਭਰਾਵਾਂ ਵੱਲੋਂ ਉੜੀਸਾ 'ਚ ਆਪਣੀ ਫੇਰੀ ਦੌਰਾਨ ਉੜੀਸਾ ਦੇ ਗਵਰਨਰ ਗਣੇਸ਼ੀ ਲਾਲ ਅਤੇ ਗ੍ਰਹਿ ਮੰਤਰੀ ਦਿਵਿਆ ਸ਼ੰਕਰ ਮਿਸ਼ਰਾ ਨਾਲ ਮੀਟਿੰਗ ਦਾ ਹਵਾਲਾ ਦਿੱਤਾ ਗਿਆ ਸੀ ਕਿ ਮੰਗੂ ਮੱਠ ਦਾ ਢਾਇਆ ਗਿਆ ਹਿੱਸਾ ਉਹਨਾਂ ਦੀਆਂ ਕੋਸ਼ਿਸ਼ਾਂ ਨਾਲ ਹੁਣ ਉੜੀਸਾ ਸਰਕਾਰ ਮੁੜ ਬਣਾਉਣ ਲਈ ਮੰਨ ਗਈ। ਇਸ ਦਾ ਕ੍ਰੈਡਿਟ ਬੈਂਸ ਭਰਾਵਾਂ ਨੂੰ ਜਾਂਦਾ ਵੇਖ ਐਸਜੀਪੀਸੀ ਵੱਲੋਂ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਦਾਅਵਿਆਂ ਦੀ ਝੜੀ ਲਗਾ ਦਿੱਤੀ ਗਈ। ਕਮੇਟੀ ਮੁਤਾਬਕ ਐਸਜੀਪੀਸੀ ਦੇ ਵਫਦ ਵੱਲੋਂ 16 ਦਸੰਬਰ ਨੂੰ ਹੀ ਪੂਰੀ ਪ੍ਰਸ਼ਾਸਨ ਕੋਲ ਇਹ ਮੰਗ ਚੁੱਕੀ ਗਈ ਸੀ। ਉੜੀਸਾ ਸਰਕਾਰ ਵੱਲੋਂ ਯਕੀਨ ਦਵਾਇਆ ਗਿਆ ਸੀ ਕਿ ਮੰਗੂ ਮੱਠ ਸੁਰੱਖਿਅਤ ਹੈ ਅਤੇ ਮੱਠ ਦੇ ਨਾਲ ਦੀਆਂ ਕੁਝ ਇਮਾਰਤਾਂ ਹੀ ਟਾਈਆਂ ਗਈਆਂ ਹਨ। ਐਸਜੀਪੀਸੀ ਦੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤਾ ਮੁਤਾਬਕ ਬੈਂਸ ਭਰਾਵਾਂ ਦਾ ਇਹ ਪ੍ਰਚਾਰ ਗੁੰਮਰਾਹਕੁੰਨ ਹੈ। ਇਸ ਵਫਦ ਨੂੰ ਉਸ ਵੇਲੇ ਹੀ ਕਲੈਕਟਰ ਵੱਲੋਂ ਪੂਰਾ ਭਰੋਸਾ ਦਿੱਤਾ ਗਿਆ ਸੀ ਕਿ ਸਿੱਖ ਵਿਰਾਸਤ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ। ਉਹਨਾਂ ਦੀਆਂ ਕੋਸ਼ਿਸ਼ਾਂ ਦਾ ਹੀ ਨਤੀਜਾ ਹੈ ਕਿ ਹੁਣ ਉੜੀਸਾ ਸਰਕਾਰ ਇਸ ਤੇ ਸਹਿਮਤ ਹੋਈ ਹੈ ਕਿ ਸਿੱਖ ਯਾਦਗਾਰਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ। ਸਿਮਰਜੀਤ ਸਿੰਘ ਬੈਂਸ ਮੁਤਾਬਕ ਸਰਕਾਰ ਵੱਲੋਂ ਮੰਗੂ ਮੱਠ ਸਮੇਤ 2 ਹੋਰ ਮੱਠਾਂ ਪੰਜਾਬੀ ਅਤੇ ਬਾਹਲੀ ਨੂੰ ਵੀ ਸੁਰੱਖਿਅਤ ਰੱਖਣ ਦਾ ਯਕੀਨ ਦਵਾਇਆ ਗਿਆ ਹੈ। ਬੈਂਸ ਭਰਾਵਾਂ ਮੁਤਾਬਕ ਪੂਰੀ ਪ੍ਰਸ਼ਾਸਨ ਦੀ ਕਾਰਵਾਈ ਤਹਿਤ ਪੰਜਾਬੀ ਮੱਠ ਦਾ ਕੁਝ ਹਿੱਸਾ ਅਸਰਅੰਦਾਜ਼ ਹੋਇਆ ਹੈ। ਸਾਨੂੰ ਉਮੀਦ ਹੈ ਕਿ ਉੜੀਸਾ ਸਰਕਾਰ ਆਪਣੇ ਵਾਅਦੇ ਤੇ ਖਰੀ ਉਤਰੇਗੀ। ਜਿੱਥੋਂ ਗੁਰਦੁਆਰਾ ਮੰਗੂ ਮੱਠ ਸਾਹਿਬ ਗਿਰਾਇਆ ਗਿਆ ਉਸੇ ਸਥਾਨ ਦੇ ਉੱਤੇ ਉੜੀਸਾ ਸਰਕਾਰ ਇੱਕ ਸੁੰਦਰ ਗੁਰਦੁਆਰੇ ਦੀ ਤਾਮੀਰ ਕਰਕੇ ਦੇਵੇਗੀ। ਨੰਬਰ ਦੂਸਰਾ ਬੌਲੀ ਸਾਹਿਬ, ਜਿਹਨੂੰ ਬੌਲੀ ਮੱਠ ਵੀ ਕਹਿ ਦਿੰਦੇ, ਇੱਥੇ ਗੁਰੂ ਨਾਨਕ ਸਾਹਿਬ ਨੇ ਆਪਣੇ ਕਰ ਕਮਲਾਂ ਦੇ ਨਾਲ ਇੱਕ ਮਿੱਠੇ ਪਾਣੀ ਦੀ ਬੌਲੀ ਦਿੱਤੀ, ਕਿਉਂਕਿ ਬਾਕੀ ਪਾਣੀ ਸਾਰਾ ਖਾਰਾ, ਉਹਨੂੰ ਗਰਾਇਆ ਨਹੀਂ ਜਾਏਗਾ, ਉਹਨੂੰ ਹੋਰ ਬਿਊਟੀਫੁੱਲ ਕਰਨ ਵਾਸਤੇ, ਸੁੰਦਰ ਕਰਨ ਵਾਸਤੇ ਉਹਦੇ 'ਤੇ ਕੰਮ ਕੀਤਾ ਜਾਏ। ਤੀਸਰਾ ਨੰਬਰ ਹੈਗਾ ਨਾਨਕ ਮੱਠ, ਜਿਹਨੂੰ ਹੁਣ ਪੰਜਾਬੀ ਮੱਠ ਕਹਿ ਦਿੰਦੇ ਆ। ਅਸੀਂ ਅਗਲੇ ਹਫ਼ਤੇ ਫਿਰ ਇੱਕ ਮੀਟਿੰਗ ਹੋਣੀ ਆ, ਦੁਬਾਰਾ ਆਵਾਂਗੇ ਉੱਥੇ ਯਾਤਰੂਆਂ ਦੇ ਰਹਿਣ ਵਾਸਤੇ, ਕਿਉਂਕਿ 12 ਏਕੜ ਜਗ੍ਹਾ ਜਿੱਥੇ ਕਿਸੇ ਵੇਲੇ ਮਹਾਰਾਜਾ ਰਣਜੀਤ ਸਿੰਘ ਨਿਹੰਗ ਸਿੰਘਾਂ ਦੀ ਛਾਉਣੀ ਸਮੇਤ ਆਏ, ਉਹਨਾਂ ਨੇ ਕਾਰ ਸੇਵਾ ਕੀਤੀ ਜਗਨਨਾਥ ਮੰਦਿਰ ਦੇ ਪੱਛਮੀ ਦੁਆਰ ਦੀ, ਐਂਡ ਇਸ ਨਾਨਕ ਮੱਠ ਦੇ ਕਮਰਿਆਂ ਦੀ ਵੀ ਸੇਵਾ ਕੀਤੀ। ਉਹਦੇ 'ਚ ਯਾਤਰੂਆਂ ਦੇ ਠਹਿਰ ਅਤੇ ਅਤਿ ਸੁੰਦਰ। ਸੋ 3 ਮੰਗਾਂ ਸੀਗੀਆਂ, ਉਹ 3 ਮੰਗਾਂ ਜਿਹੜੀਆਂ ਸਰਕਾਰ ਨੇ ਪ੍ਰਵਾਨ ਕੀਤੀਆਂ ਨੇ, ਮੈਂ ਤੁਹਾਨੂੰ ਵਧਾਈ ਦੇਣਾ ਚਾਹੁੰਦਾ। ਤਾਂ ਗਲੋਬ ਐਡਵਾਈਸ ਓਵਰਸੀਜ਼ ਐਜੂਕੇਸ਼ਨ ਅਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ, ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ। ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਅਤੇ ਸਕੋਲਰਸ਼ਿਪਸ ਵਿੱਚ ਹੈਲਪ ਕਰਦੇ ਹਾਂ। ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕੋਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ। ਅਸੀਂ ਬੱਚਿਆਂ ਦੇ ਵੀਜ਼ਾ, LORs, SOP 'ਚ ਹੈਲਪ ਕਰਦੇ ਹਾਂ, ਅਤੇ ਪੋਸਟ ਲੈਂਡਿੰਗ ਸਰਵਿਸਿਸ ਵਿੱਚ ਏਅਰਪੋਰਟ ਪਿਕਅਪ ਅਤੇ ਉਹਨਾਂ ਦੀ ਟੈਂਪਰੇਰੀ ਅਕੋਮੋਡੇਸ਼ਨ ਦਾ ਇੰਤਜ਼ਾਮ ਵੀ ਕਰਦੇ ਹਾਂ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।